ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਆਪ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ। ਗੁਰੂ ਰਾਮਦਾਸ ਸਾਹਿਬ ਜੋ ਕਿ ਦਇਆ ਅਤੇ ਪਿਆਰ ਦੀ ਮੂਰਤ ਸਨ, ਉਹਨਾਂ ਦੇ ਰੋਮ ਰੋਮ ਵਿੱਚ ਗੁਰਬਾਣੀ ਵਸੀ ਹੋਈ ਸੀ। ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਲਾਹੌਰ ਸ਼ਹਿਰ ਦੇ ਚੂਨਾ ਮੰਡੀ ਵਿੱਚ ਹੋਇਆ, ਜਿੱਥੇ ਇਹ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਜੋ ਗੁਰੂ ਸਾਹਿਬ ਜੀ ਦੇ ਬਚਪਨ ਦੀ ਯਾਦ ਨੂੰ ਤਰੋ ਤਾਜ਼ਾ ਕਰ ਦਿੰਦਾ ਹੈ। ਗੁਰੂ ਸਾਹਿਬ ਜੀ ਦੇ ਬਚਪਨ ਦਾ ਨਾਮ ਭਾਈ ਜੇਠਾ ਸੀ। ਘਰ ਵਿੱਚ ਪਹਿਲਾ ਪੁੱਤਰ ਹੋਣ ਦੇ ਕਾਰਨ ਗੁਰੂ ਸਾਹਿਬ ਦਾ ਨਾਮ ਜੇਠਾ ਰੱਖਿਆ ਗਿਆ। ਉਹਨਾਂ ਨੇ ਬਚਪਨ ਦੇ 7 ਵਰੇ ਇੱਥੇ ਗੁਜ਼ਾਰੇ, ਇੱਥੇ ਹੀ ਖੇਡੇ ਅਤੇ ਮਾਂ ਬਾਪ ਦੀ ਗੋਦ ਦਾ ਨਿੱਘ ਮਾਣਿਆ। ਪਰ ਅਜੇ ਗੁਰੂ ਸਾਹਿਬ 7 ਸਾਲ ਦੀ ਉਮਰ ਦੇ ਸਨ ਜਦ ਉਹਨਾਂ ਦੇ ਮਾਤਾ ਪਿਤਾ ਜੀ ਦਾ ਦੇਹਾਂਤ ਹੋ ਗਿਆ। ਗੁਰੂ ਸਾਹਿਬ ਦੀ ਉਮਰ ਵੀ ਛੋਟੀ ਸੀ, ਉੱਤੋਂ ਰਿਸ਼ਤੇਦਾਰ ਵੀ ਉਸੇ ਤਰ੍ਹਾਂ ਦੇ ਮਿਲੇ। ਕਿਸੇ ਨੇ ਵੀ ਗੁਰੂ ਸਾਹਿਬ ਦੀ ਉਸ ਵੇਲੇ ਬਾਂਹ ਨਾ ਫੜੀ। ਫਿਰ ਬਜ਼ੁਰਗ ਨਾਨੀ ਨੇ ਕਿਹਾ ਕਿ ਕਾਕਾ, ਤੂੰ ਮੇਰੇ ਨਾਲ ਬਾਸਰ ਕੇ ਚੱਲ, ਕਿਸੇ ਦੇ ਆਸਰੇ ਤੱਕਣ ਨਾਲੋਂ ਚੰਗਾ ਹੈ ਅਸੀਂ ਰੁੱਖੀ ਸੁੱਖੀ ਮਿਲ ਕੇ ਖਾ ਲਈਏ। ਗੁਰੂ ਰਾਮਦਾਸ ਜੀ ਛੋਟੀ ਉਮਰੇ ਆਪਣੀ ਨਾਨੀ ਜੀ ਨਾਲ ਬਾਸਰ ਕੇ, ਜੋ ਕਿ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਸਥਾਨ ਪਿੰਡ ਹੈ, ਉੱਥੇ ਆ ਪਹੁੰਚੇ। ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਬਾਰੇ ਇੱਥੇ ਬਹੁਤ ਕੁਝ ਸੁਣਿਆ। ਇਸ ਪਿੰਡ ਵਿੱਚ ਰਹਿ ਕੇ ਉਹਨਾਂ ਬਾਰੇ ਸੁਣ ਸੁਣ ਕੇ ਗੁਰੂ ਅਮਰਦਾਸ ਜੀ ਨੂੰ ਮਿਲਣ ਦੀ ਇੱਛਾ ਜਾਗੀ। ਉਧਰ ਘਰ ਦੀ ਹਾਲਤ ਵੀ ਕੁਝ ਠੀਕ ਨਹੀਂ ਸੀ, ਪਰ ਘਰ ਦਾ ਗੁਜ਼ਾਰਾ ਕਰਨ ਲਈ ਕੁਝ ਨਾ ਕੁਝ ਤਾਂ ਕਰਨਾ ਹੀ ਸੀ ਨਾ। ਤਾਂ ਨਾਨੀ ਜੀ ਨੇ ਘੁੰਗਣੀਆਂ ਤਿਆਰ ਕਰਕੇ ਦੇਣੀਆਂ ਤੇ ਗੁਰੂ ਸਾਹਿਬ ਗਲੀ ਗਲੀ ਇਹਨਾਂ ਨੂੰ ਵੇਚ ਕੇ ਘਰ ਦਾ ਗੁਜ਼ਾਰਾ ਕਰਦੇ ਸਨ। ਅਤੇ ਇਸ ਔਖੀ ਘੜੀ ਵਿੱਚ ਕਦੇ ਵੀ ਗੁਰੂ ਸਾਹਿਬ ਨੇ ਹਿੰਮਤ ਨਾ ਹਾਰੀ। ਉਹਨਾਂ ਦੀ ਇਸ ਨਿਡਰਤਾ ਤੇ ਹੌਸਲੇ ਭਰੀ ਜ਼ਿੰਦਗੀ ਨੂੰ ਵੇਖ ਕੇ ਹੋਰਾਂ ਨੂੰ ਵੀ ਹੌਸਲਾ ਮਿਲਦਾ ਸੀ। ਪਰ ਕੰਮਕਾਰ ਕਰਦਿਆਂ ਵੀ ਉਹਨਾਂ ਦਾ ਦਿਲ ਗੁਰੂ ਸਾਹਿਬ ਨੂੰ ਮਿਲਣ ਲਈ ਕਰਦਾ ਰਹਿੰਦਾ। ਅਤੇ ਫਿਰ ਉਹਨਾਂ ਗੋਇੰਦਵਾਲ ਸਾਹਿਬ ਜਾਣ ਦਾ ਮਨ ਬਣਾਇਆ ਕਿ ਉੱਥੇ ਕੰਮ ਵੀ ਕਰਾਂਗਾ ਅਤੇ ਨਾਲ ਦੇ ਨਾਲ ਗੁਰੂ ਸਾਹਿਬ ਨੂੰ ਮਿਲ ਵੀ ਲਵਾਂਗਾ। ਜਦ ਗੁਰੂ ਅਮਰਦਾਸ ਜੀ ਅਤੇ ਭਾਈ ਜੇਠਾ ਯਾਨੀ ਗੁਰੂ ਰਾਮਦਾਸ ਜੀ ਦਾ ਮੇਲ ਹੋਇਆ ਤਾਂ ਗੁਰੂ ਅਮਰਦਾਸ ਜੀ ਭਾਈ ਜੇਠੇ ਜੀ ਨੂੰ ਮਿਲ ਕੇ ਬਹੁਤ ਖੁਸ਼ ਹੋਏ। ਉਹਨਾਂ ਨੇ ਉਹਨਾਂ ਦੇ ਸਿਰ ਤੇ ਹੱਥ ਰੱਖਿਆ। ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਜੋ ਭਾਈ ਜੇਠਾ ਜੀ ਸਨ ਉੱਥੇ ਰਹਿਣ ਲੱਗ ਪਏ। ਦਿਨ ਰਾਤ ਉੱਥੇ ਕੰਮ ਕਰਦੇ, ਸਵੇਰੇ ਸ਼ਾਮ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਕਥਾ ਕੀਰਤਨ ਸੁਣਦੇ। ਅਤੇ ਜਦ ਨਾਨੀ ਮਾਂ ਜੀ ਦਾ ਦੇਹਾਂਤ ਹੋਇਆ ਤਾਂ ਉਸ ਤੋਂ ਬਾਅਦ ਪੱਕੇ ਤੌਰ ਤੇ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਰਹਿਣ ਲੱਗ ਪਏ। ਉੱਥੇ ਹੀ ਉਹਨਾਂ ਨੇ ਪੜ੍ਹਾਈ ਲਿਖਾਈ ਸਿੱਖੀ, ਗੁਰਮਤ ਵਿੱਦਿਆ ਹਾਸਲ ਕੀਤੀ, ਸੰਗੀਤ ਸਿੱਖਿਆ, ਇੱਕ ਚੰਗੇ ਪ੍ਰਚਾਰਕ ਦੇ ਤੌਰ ਤੇ ਵੀ ਉਭਰੇ। ਤਾਂ ਹੀ ਤਾਂ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਅਕਬਰ ਦੇ ਦਰਬਾਰ ਵਿੱਚ ਭੇਜਿਆ ਸੀ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਯਾਨੀ ਗੁਰੂ ਰਾਮਦਾਸ ਜੀ ਨੂੰ ਕਿਹਾ ਕਿ ਤੁਸੀਂ ਅਕਬਰ ਕੋਲ ਜਾਓ ਅਤੇ ਜੋ ਉਹਨਾਂ ਨੂੰ ਲੋਕਾਂ ਨੇ ਗੁਰਬਾਣੀ ਪ੍ਰਤੀ ਭੁਲੇਖੇ ਪਾਏ ਹਨ ਕਿ ਗੁਰਬਾਣੀ ਵਿੱਚ ਮੁਸਲਿਮ ਬਾਰੇ ਗਲਤ ਲਿਖਿਆ ਹੈ, ਤੁਸੀਂ ਉੱਥੇ ਜਾ ਕੇ ਇਸ ਬਾਰੇ ਚਾਨਣਾ ਪਾਓ ਅਤੇ ਦੱਸੋ ਕਿ ਗੁਰੂ ਨਾਨਕ ਦਾ ਮਾਰਗ ਕੀ ਹੈ। ਗੁਰੂ ਰਾਮਦਾਸ ਜੀ ਜੋ ਕਿ ਗੁਰੂ ਦੀ ਸੰਗਤ ਨਾਲ ਸਰਬ ਕਲਾ ਸਮਰੱਥ ਹੋ ਚੁੱਕੇ ਸਨ, ਅਕਬਰ ਦੇ ਦਰਬਾਰ ਵਿੱਚ ਗਏ ਅਤੇ ਉੱਥੇ ਉਹਨਾਂ ਦੇ ਵਜ਼ੀਰਾਂ ਅਤੇ ਅਹਿਲਕਾਰਾਂ ਨੂੰ ਉਹਨਾਂ ਦੇ ਜਵਾਬ ਦਿੱਤੇ। ਉੱਥੇ ਮੁਸਲਿਮ ਵੀ ਸਨ ਤੇ ਬ੍ਰਾਹਮਣ ਵੀ। ਸਾਰਿਆਂ ਨੇ ਵਾਰੀ ਵਾਰੀ ਸਵਾਲ ਕੀਤੇ ਪਰ ਗੁਰੂ ਸਾਹਿਬ ਨੇ ਬਹੁਤ ਹੀ ਪਿਆਰ ਨਾਲ ਸਭ ਦੇ ਜਵਾਬ ਦਿੱਤੇ। ਅੰਤ ਅਕਬਰ ਨੇ ਗੁਰੂ ਸਾਹਿਬ ਨੂੰ ਗੱਲ ਨਾਲ ਲਾਇਆ ਅਤੇ ਕਿਹਾ ਕਿ ਮੈਂ ਤੇਰਾ ਗੁਰੂ ਪ੍ਰਤੀ ਪਿਆਰ ਅਤੇ ਤੇਰੀ ਤੀਖਣ ਬੁੱਧੀ ਅਤੇ ਰੂਹਾਨੀ ਚਿਹਰੇ ਦੇ ਨੂਰ ਤੋਂ ਬਹੁਤ ਖੁਸ਼ ਹਾਂ। ਜਦ ਇਹ ਗੱਲ ਗੁਰੂ ਅਮਰਦਾਸ ਜੀ ਨੂੰ ਪਤਾ ਲੱਗੀ ਤਾਂ ਉਹਨਾਂ ਗੁਰੂ ਰਾਮਦਾਸ ਜੀ ਨੂੰ ਜੋ ਕਿ ਭਾਈ ਜੇਠਾ ਜੀ ਸਨ ਗੁਰੂ ਨਾਨਕ ਦੇ ਗੱਦੀ ਦੇ ਵਾਰਸ ਬਣਾਉਣ ਲਈ ਫੈਸਲਾ ਕਰ ਲਿਆ। ਗੁਰੂ ਅਮਰਦਾਸ ਜੀ ਕੇਵਲ ਗੁਰੂ ਹੀ ਨਹੀਂ ਬਲਕਿ ਪਿਤਾ ਬਣ ਕੇ ਵੀ ਗੁਰੂ ਰਾਮਦਾਸ ਜੀ ਦੇ ਨਾਲ ਵਿਚਰੇ। ਕਹਿੰਦੇ ਨੇ ਜਦ ਗੁਰੂ ਅਮਰਦਾਸ ਜੀ ਦੇ ਮਹਿਲ ਨੇ ਗੁਰੂ ਅਮਰਦਾਸ ਜੀ ਨੂੰ ਕਿਹਾ ਕਿ ਹੁਣ ਸਾਡੀ ਬੱਚੀ ਵਿਆਹੁਣ ਦੇ ਲਾਇਕ ਹੋ ਗਈ ਹੈ ਤਾਂ ਕੋਈ ਚੰਗਾ ਜਿਹਾ ਵਰ ਵੇਖ ਕੇ ਇਸਦਾ
ਵਿਆਹ ਕਰ ਦੇਈਏ। ਤਾਂ ਗੁਰੂ ਅਮਰਦਾਸ ਜੀ ਨੇ ਪੁੱਛਿਆ ਕਿ ਤੁਸੀਂ ਕਿਸ ਤਰ੍ਹਾਂ ਦਾ ਵਰ ਚਾਹੁੰਦੇ ਹੋ? ਤਾਂ ਉਹਨਾਂ ਕਿਹਾ ਕਿ ਜੋ ਮਿਹਨਤੀ ਹੋਵੇ, ਸੋਹਣਾ ਹੋਵੇ, ਸਭ ਦਾ ਸਤਿਕਾਰ ਕਰਦਾ ਹੋਵੇ, ਜਿਸ ਵਿੱਚ ਰੱਬੀ ਗੁਣ ਭਰੇ ਹੋਣ। ਉਸ ਵੇਲੇ ਗੁਰੂ ਰਾਮਦਾਸ ਜੀ ਉੱਥੋਂ ਗਾਰੇ ਦੀ ਟੋਕਰੀ ਲੈ ਕੇ ਲੰਘ ਰਹੇ ਸਨ ਤਾਂ ਮਾਤਾ ਜੀ ਨੇ ਗੁਰੂ ਰਾਮਦਾਸ ਜੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਉਸ ਵਰਗਾ ਹੋਵੇ, ਇਸ ਵਿੱਚ ਸਾਰੇ ਗੁਣ ਹਨ ਜੋ ਸਾਡੀ ਪੁੱਤਰੀ ਨੂੰ ਚਾਹੀਦੇ ਹਨ। ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਇਸ ਵਰਗਾ ਤਾਂ ਬਸ ਇਹੀ ਹੈ, ਇਸ ਜਿਹਾ ਦੁਨੀਆਂ ਤੇ ਹੋਰ ਨਹੀਂ। ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨਾਲ ਆਪਣੀ ਪੁੱਤਰੀ ਦਾ ਵਿਆਹ ਕੀਤਾ। ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ 1574 ਵਿੱਚ ਗੁਰਗੱਦੀ ਸੌਂਪੀ। ਗੁਰੂ ਰਾਮਦਾਸ ਜੀ ਦੇ ਘਰ 3 ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ਵਿੱਚੋਂ ਪ੍ਰਿਥੀ ਚੰਦ, ਮਹਾਦੇਵ ਅਤੇ ਗੁਰੂ ਅਰਜਨ ਸਾਹਿਬ ਜੀ ਸਨ। ਗੁਰੂ ਰਾਮਦਾਸ ਜੀ ਨੇ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਸਤੇ ਨੂੰ ਅੱਗੇ ਤੋਰਿਆ। ਆਪ ਜੀ ਨੇ ਦਸਵੰਧ ਦੀ ਰੀਤ ਚਲਾਈ ਅਤੇ ਗੁਰੂ ਅਮਰਦਾਸ ਜੀ ਵਾਂਗ ਲੋਕਾਂ ਦੀ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਜਗ੍ਹਾ ਜਗ੍ਹਾ ਸਰੋਵਰ ਅਤੇ ਬੌਲੀਆਂ ਬਣਾਈਆਂ। ਗੁਰੂ ਸਾਹਿਬ ਨੇ ਇਸ ਤੋਂ ਮਹਾਨ ਕਾਰਜ ਸ੍ਰੀ ਅੰਮ੍ਰਿਤਸਰ ਸ਼ਹਿਰ ਵਸਾਉਣ ਦਾ ਕੀਤਾ। ਉਹਨਾਂ ਨਗਰ ਵਸਾਉਣ ਲਈ ਪਹਿਲਾਂ ਜ਼ਮੀਨ ਖਰੀਦੀ, ਫਿਰ ਉੱਥੇ ਸਰੋਵਰਾਂ ਅਤੇ ਸਰਾਵਾਂ ਬਣਾਉਣ ਦਾ ਕਾਰਜ ਆਰੰਭ ਕੀਤਾ ਅਤੇ ਇਸ ਨਗਰ ਦਾ ਨਾਮ ਰੱਖਿਆ ਗੁਰੂ ਕਾ ਚੱਕ। ਬਾਅਦ ਵਿੱਚ ਇਸ ਨਗਰ ਦਾ ਨਾਮ ਰਾਮਦਾਸਪੁਰ ਪਿਆ, ਉਸ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ। ਗੁਰੂ ਸਾਹਿਬ ਦਾ ਇਸ ਤੋਂ ਵੀ ਮਹਾਨ ਕਾਰਜ ਸੀ ਗੁਰਬਾਣੀ ਦੀ ਰਚਨਾ ਕਰਨਾ। ਉਹਨਾਂ ਨੇ ਬੇਸ਼ੁਮਾਰ ਬਾਣੀ ਦੀ ਰਚਨਾ ਕੀਤੀ, ਬਹੁਤ ਸਾਰੇ ਸਲੋਕਾਂ, ਵਾਰਾਂ, ਛੰਦਾਂ ਵਿੱਚ ਬਾਣੀ ਦਰਜ ਕੀਤੀ। ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ ਬਹੁਤ ਹੀ ਮਿਠਾਸ, ਪਿਆਰ ਤੇ ਵੀਰਤਾ ਭਰੀ ਹੋਈ ਹੈ। ਗੁਰੂ ਸਾਹਿਬ ਆਪਣੇ ਆਖਰੀ ਸਮੇਂ ਤੱਕ ਮਾਨਵਤਾ ਦੇ ਭਲੇ ਲਈ ਕਾਰਜ ਕਰਦੇ ਰਹੇ। ਅੰਤ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਗੱਦੀ ਸੌਂਪ ਕੇ 1581 ਵਿੱਚ ਜੋਤੀ ਜੋਤ ਸਮਾ ਗਏ। ਮੈਂ ਆਪਣੇ ਪਰਮ ਪਿਆਰੇ ਸਤਿਗੁਰੂ ਸੱਜਣ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਆਪ ਸਭ ਨੂੰ ਇੱਕ ਵਾਰ ਫਿਰ ਲੱਖ ਲੱਖ ਵਧਾਈ ਦਿੰਦਾ ਹਾਂ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।